ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਅਤੇ ਪ੍ਰਿੰਸੀਪਲ ਬੁੱਧਰਾਮ ਨੇ ਅੱਜ ਪਟਿਆਲਾ ਵਿਖੇ ਬਿਜਲੀ ਅੰਦੋਲਨ ਨੂੰ ਸ਼ੁਰੂ ਕਰਨ ਲਈ ਪਾਰਟੀ ਵਰਕਰਾਂ ਨੂੰ ਅਹੁਦੇਦਾਰੀਆਂ ਵੰਡਣ ਵਾਸਤੇ ਮੀਟਿੰਗ ਕੀਤੀ। ਮੀਟਿੰਗ ਵਿੱਚ ਆਮ ਆਦਮੀ ਪਾਰਟੀ ਦਾ ਖਿਲਾਰਾ ਉਸ ਸਮੇਂ ਖੁੱਲ੍ਹ ਕੇ ਸਾਹਮਣੇ ਆਇਆ ਜਦੋਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਅਹੁਦੇਦਾਰੀਆਂ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਕਿਹਾ ਕਿ ਉਹ ਕੰਮ ਕਰਦੇ ਅਤੇ ਦੁਸ਼ਮਣੀਆਂ ਲੈਂਦੇ ਮਰ ਜਾਂਦੇ ਹਨ, ਪਰੰਤੂ ਬਾਅਦ ਵਿੱਚ ਉਹਨਾਂ ਦੇ ਸਿਰ ਉੱਪਰ ਉਹਨਾਂ ਦਾ ਹੋਰ ਕੋਈ ਪਿਓ ਲਿਆ ਕੇ ਬਿਠਾ ਦਿੱਤਾ ਜਾਂਦਾ ਹੈ। ਮਾਮਲਾ ਇੱਥੇ ਹੀ ਸ਼ਾਂਤ ਨਹੀਂ ਹੋਇਆ। ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਮੀਡੀਆ ਨੂੰ ਕਵਰਿੰਗ ਕਰਨ ਤੋਂ ਵੀ ਰੋਕ ਲਿਆ। ਮਾਮਲਾ ਗਰਮ ਹੁੰਦਾ ਦੇਖ ਅਮਨ ਅਰੋੜਾ ਨੇ ਬੜੀ ਮੁਸ਼ਕਿਲ ਨਾਲ ਵਰਕਰਾਂ ਨੂੰ ਸ਼ਾਂਤ ਕਰਵਾਇਆ ਅਤੇ ਅਹੁਦੇਦਾਰੀਆਂ ਵੰਡੇ ਬਿਨਾਂ ਹੀ ਜਾਣਾ ਪਿਆ। ਇਸ ਸੰਬੰਧੀ ਮੀਡੀਆ ਨਾਲ ਗੱਲਬਾਤ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਪਾਰਟੀ ਵਿੱਚ ਅੰਦਰੂਨੀ ਤਕਰਾਰਤਾ ਚੱਲਦੀ ਰਹਿੰਦੀ ਹੈ। ਸਵਾਲ ਨੂੰ ਗੋਲਮੋਲ ਕਰਦੇ ਹੋਏ ਉਹਨਾਂ ਮੀਡੀਆ ਉੱਪਰ ਹੀ ਸਵਾਲ ਚੁੱਕ ਦਿੱਤਾ ਕਿ ਮੀਡੀਆ ਸਹੀ ਮਾਮਲਿਆਂ ਨੂੰ ਨਹੀਂ ਦਿਖਾਉਂਦਾ ਬਲਕਿ TRP ਲਈ ਸਭ ਕੁਝ ਕਰਦਾ ਹੈ। ਨਵਜੋਤ ਸਿੱਧੂ ਅਤੇ ਕੈਪਟਨ ਅਮਰਿੰਦਰ ਸਿੰਘ ਵਿਚਕਾਰ ਕਿੰਨਾ ਤਕਰਾਰ ਚੱਲ ਰਿਹਾ ਹੈ, ਮੀਡੀਆ ਉਹਨਾਂ ਨੂੰ ਵੀ ਜਾ ਕੇ ਪੁੱਛੇ। ਜਿੱਥੇ ਪਿਆਰ ਹੁੰਦਾ ਉੱਥੇ ਮਾੜੀ ਮੋਟੀ ਤਕਰਾਰ ਵੀ ਹੁੰਦਾ, ਇਹ ਤਾਂ ਮੀਆਂ ਬੀਵੀ ਦੇ ਵਿੱਚ ਵੀ ਹੁੰਦਾ, ਭੈਣ ਭਾਈ ਦੇ ਵਿੱਚ ਵੀ ਹੁੰਦਾ। ਤੁਹਾਨੂੰ ਸਾਡਾ ਇਕੱਲਾ ਸਾਡਾ ਤਕਰਾਰ ਦਿਖਦਾ ਹੈ, ਤੁਹਾਡਾ ਤੁਹਾਡਾ ਚੈਨਲ ਵਾਲਿਆਂ ਦਾ ਵੀ ਆਪਸ 'ਚ ਮਾੜਾ ਮੋਟਾ, ਕੈਮਰਾਮੈਨਾਂ ਦਾ ਵੀ ਕਦੇ ਨਾ ਕਦੇ ਹੁੰਦਾ ਹੋਊਗਾ। ਦੂਜੀਆਂ ਪਾਰਟੀਆਂ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਦਾ ਕਿੰਨਾ ਕੁ ਪਿਆਰ ਝਲਕ ਰਿਹਾ ਅੱਜ, ਜਿਹਦੀ ਵਜ੍ਹਾ ਕਰਕੇ ਪਾਵਰ ਮਹਿਕਮਾ ਜਿਹੜਾ ਉਹ ਪੂਰੀ ਤਰ੍ਹਾਂ ਲਾਵਾਰਿਸ ਹੋਇਆ ਪਿਆ। ਕਦੇ ਜਾ ਕੇ ਉਹਨਾਂ ਨੂੰ ਵੀ ਪੁੱਛੋ ਵੀ ਇਹ ਪਿਆਰ ਹੈ ਜਿਹੜਾ ਮਾੜਾ ਮੋਟਾ ਘਟਾ ਲਓ। ਸੋ ਇਸ ਕਰਕੇ ਜਿਹੜਾ ਸਾਡਾ ਜਿਹੜਾ ਉਹ ਭੈਣ ਭਰਾਵਾਂ ਵਾਲਾ, ਭਾਈਆਂ ਵਾਲਾ, ਪਿਓ ਪੁੱਤ ਵਾਲਾ ਅਤੇ ਮੀਆਂ ਬੀਵੀ ਵਾਲਾ ਤਕਰਾਰ ਉਹ ਚੱਲਦਾ ਰਹੂਗਾ, ਉਹ ਇਸ ਕਰਕੇ ਸਹੀ ਹੈ ਕਿਉਂਕਿ ਮੀਡੀਆ ਦੇ ਮੈਂ ਮੀਡੀਆ ਦਾ ਬੜਾ ਸਤਿਕਾਰ ਕਰਦਾ। ਮੀਡੀਆ ਚੌਥਾ ਪਿੱਲਰ ਹੈ ਡੈਮੋਕ੍ਰੇਸੀ ਦਾ, ਪਰ ਅੱਜ ਦੀ ਤਾਰੀਖ ਦੇ ਵਿੱਚ ਮੈਂ ਸਾਰਿਆਂ ਦਾ ਨਹੀਂ ਕਹਿੰਦਾ ਕਿ ਤੁਸੀਂ ਸਾਰੇ ਜਿਹੜੇ ਚੈਨਲ ਹੋ ਬਹੁਤ ਵਧੀਆ ਨਾਮਵਰ ਚੈਨਲ ਹੋ, ਬੜੇ ਜ਼ਿੰਮੇਵਾਰ ਚੈਨਲ ਹੋ, ਪਰ ਮੀਡੀਆ ਦੇ ਵਿੱਚ ਵੀ ਅੱਜ ਕੱਲ੍ਹ ਜਿਹੜੇ ਐਕਚੁਅਲ ਇਸ਼ੂ ਨੂੰ ਛੱਡ ਕੇ ਆਪਦੀ TRP ਦੇ ਲਈ ਕਈ ਵਾਰੀ ਗੱਲ ਨੂੰ ਨੈਗੇਟਿਵ ਤਰੀਕੇ ਨਾਲ ਪੇਸ਼ ਕੀਤਾ ਜਾਂਦਾ। ਸੋ ਇਸ ਕਰਕੇ ਬੇਨਤੀ ਕੀਤੀ ਭਰਾ ਸਾਨੂੰ ਸਾਡਾ ਜਿਹੜਾ ਸਾਡੀ ਪਰਿਵਾਰਕ ਮਿਲਣੀ ਹੈ ਉਹ ਪੂਰੀ ਕਰ ਲੈਣ ਦੋ, ਤੋਂ ਮਗਰ ਹੁਣ ਚਾਹੇ ਸਾਨੂੰ ਤੁਸੀਂ ਸ਼ਾਮ ਤੱਕ ਖੜਾਈ ਚਲੋ, ਜਿੰਨੇ ਮਰਜ਼ੀ ਸਵਾਲ ਕਰੋ ਸਾਰੇ ਜਵਾਬ ਦੇਵਾਂਗੇ।